ਜਿਹਦੇ ਵਿੱਚ ਗੱਤਕਾ ਵਗੈਰਾ ਬੜੀ ਹੋਰ ਬਹੁਤ ਜ਼ਿਆਦਾ ਹੋਇਆ ਸਮਾਨ ਆਉਂਦਾ ਵਾ। ਉਹਦੇ ਨਾਲ ਸਾਡੇ ਪਿੰਡ ਦੀਆਂ ਜਿਹੜੀਆਂ ਸੜਕਾਂ ਨੇਗੀਆਂ ਉਹ ਵੀ ਟੁੱਟ ਚੁੱਕੀਆਂ ਨੇ। ਸਾਡੇ ਪਿੰਡ ਦੇ ਆਲੇ ਦੁਆਲੇ ਸੀਵਰੇਜ ਬਣਿਆ ਹੋਇਆ, ਸੀਵਰੇਜ ਦੀਆਂ ਹੌਦੀਆਂ ਟੁੱਟੀਆਂ ਸਰ। ਅਤੇ ਉਸ ਤੋਂ ਇਲਾਵਾ ਜਿਹੜੀਆਂ ਸਾਡੇ ਕੋਲ ਸਰ 15ਵੇਂ ਵਿੱਤ ਦਾ ਪੈਸਾ ਆਉਂਦਾ ਵਾ ਗ੍ਰਾਮ ਪੰਚਾਇਤ ਕੋਲ, ਆਬਾਦੀ ਮੁਤਾਬਕ ਬਹੁਤ ਥੋੜ੍ਹਾ। ਪਿਛਲੇ ਦਿਨਾਂ ਦੇ ਵਿੱਚ ਮੋਟਰ ਹੋ ਗਈ ਸੀ ਗ੍ਰਾਮ ਪੰਚਾਇਤ ਵਾਟਰ ਟੈਂਕੀ ਵਾਲੀ, ਅਸੀਂ ਉਹ ਪੈਸੇ ਦੀ ਟੈਂਕੀ ਜਿਹੜਾ ਸਾਡੇ ਕੋਲ ਪੈਸਾ ਸੀ ਉਹਦੀ ਅਸੀਂ ਨਵੀਂ ਮੋਟਰ ਪਵਾ ਦਈ ਹੈ ਜੀ। ਗ੍ਰਾਮ ਪੰਚਾਇਤ ਕੋਲ ਵੀ ਪੈਸਾ ਹੈ ਨਹੀਂ, ਇਸ ਕਰਕੇ ਇਹ ਵਾਟਰ ਸਪਲਾਈ ਮਹਿਕਮੇ ਰਾਹੀਂ ਕਰਕੇ, ਕਿਉਂਕਿ ਉਹ ਵੱਡਾ ਕੰਮ ਆ ਜੀ, ਪਹਿਲਾਂ ਲਾਈਨਾਂ ਵੀ ਪੈਣਗੀਆਂ ਫਿਰ ਕਨੈਕਸ਼ਨ ਹੋਣਗੇ, ਉਹਨਾਂ ਰਾਹੀਂ ਕਰਾਇਆ ਜਾਵੇ। ਇੱਕ ਸਰ ਸਾਨੂੰ ਗ੍ਰਾਮ ਪੰਚਾਇਤ ਨੂੰ ਜੀ ਸਾਡੀ ਵੀ ਜਗ੍ਹਾ ਅਕੁਆਇਰ ਹੋਈ ਆ ਵਿੱਚ, ਉਹ ਸਾਡੇ ਮਹਿਕਮਿਆਂ ਵੱਲੋਂ ਹਦਾਇਤਾਂ ਨੇ ਜਿਹੜਾ ਗ੍ਰਾਮ ਪੰਚਾਇਤ ਨੂੰ ਪੈਸਾ ਮਿਲ ਉਹ ਤੁਸੀਂ ਐਫ ਡੀ ਦੇ ਰੂਪ 'ਚ ਜਮ੍ਹਾਂ ਕਰਾਉਣਾ ਅਤੇ ਉਹਦਾ ਸਾਲ ਬਾਅਦ ਵਿਆਜ ਹੀ ਅਸੀਂ ਵਰਤ ਸਕਦੇ ਹਾਂ। ਇੱਕ ਸਾਨੂੰ ਇਨਫਰਾਸਟ੍ਰਕਚਰ ਦਾ ਵੀ ਪੈਸਾ ਮਿਲਿਆ ਜੀ, ਸਾਡਾ ਪੰਚਾਇਤ ਘਰ ਆਂਗਣਵਾੜੀ ਸੈਂਟਰ ਉਹ ਵਿੱਚ ਆ ਗਿਆ ਸੀ, ਉਹ ਜਿਹੜਾ ਇਨਫਰਾਸਟ੍ਰਕਚਰ ਦਾ ਪੈਸਾ ਉਹਦੇ ਵਿੱਚੋਂ 5-6 ਲੱਖ ਰੁਪਇਆ ਗ੍ਰਾਮ ਪੰਚਾਇਤ ਖਰਚਾਂ ਦੇ ਲਈ ਤੁਹਾਡੀ ਅਨੁਮਤੀ ਚਾਹੁੰਦੀ ਆ, ਜਾਂ ਜਿਹੜੀ ਯੋਗ ਪ੍ਰਣਾਲੀ ਰਾਹੀਂ ਉਹਨਾਂ ਨੂੰ ਜੀ ਜਿਹੜਾ ਜ਼ਮੀਨ ਦਾ ਸਾਨੂੰ ਪੈਸਾ ਮਿਲਿਆ ਉਹ ਅਸੀਂ ਆਪਣੀ ਕਰਵਾ ਵੀ ਚੁੱਕੇ ਹਾਂ, ਅਤੇ ਬਾਕੀ ਜਿਹੜਾ ਹੈਗਾ ਉਹ ਅਸੀਂ ਮਹਿਕਮੇ ਦੀਆਂ ਹਦਾਇਤਾਂ ਨੂੰ ਪ੍ਰਾਪਤ ਕਰਵਾਵਾਂਗੇ ਜੀ। ਇਹ ਸਾਡੀਆਂ 5-6 ਮੁੱਖ ਮੰਗਾਂ ਸੀਗੀਆਂ ਜੀ। ਆ ਜਾਓ ਸਰਪੰਚ ਸਾਹਿਬ, ਇਸ ਤੋਂ ਬਾਅਦ ਬਈ ਦੋ ਗੱਲਾਂ ਆਪਾਂ ਹੋਰ ਕਰਕੇ, ਉਸ ਤੋਂ ਬਾਅਦ ਜਿਹੜੀ ਜਿਹੜੀ ਤੁਹਾਡੀ ਸਮੱਸਿਆ ਤੁਸੀਂ ਐਸ ਡੀ ਐਮ ਸਾਹਿਬ ਨਾਲ ਸ਼ੇਅਰ ਕਰਨੀ ਆ। ਇੱਕ ਤਾਂ ਸਾਰੇ ਮੇਰੇ ਵੀਰ ਬਹੁਤ ਸਿਆਣੇ ਨੇ ਜੀ, ਪਰਾਲੀ ਨੂੰ ਆਪਾਂ ਨੇ ਅੱਗ ਨਹੀਂ ਲਾਉਣੀ ਹੈਗੀ, ਸਾਰੇ ਕਿਸਾਨ ਵੀਰ ਬੈਠੇ ਨੇ। ਐਸ ਡੀ ਐਮ ਸਾਹਿਬ ਨੂੰ ਬੇਨਤੀ ਕਰਦੇ ਹਾਂ, ਇੱਧਰ ਮਲੌਦ ਕੰਨੀ ਸਰ ਫ੍ਰੀ ਦੇ ਵਿੱਚ ਪਰਾਲੀ ਚੱਕ ਰਹੇ ਨੇ, ਉਹ ਬੰਦਿਆਂ ਨਾਲ ਟਾਈ ਅਪ ਵੀ ਕਰਿਆ ਸੀ ਗ੍ਰਾਮ ਪੰਚਾਇਤ ਨੇ, ਇੱਥੇ ਤੱਕ ਵੀ ਕਹਿੰਦਾ ਸੀ ਸਰਪੰਚ ਸਾਹਿਬ ਨੇ ਵੀ 500-400 ਰੁਪਇਆ ਤੁਹਾਨੂੰ ਡਿੱਗੇ ਦਾ, ਅਸੀਂ ਖਰਚਾ ਵੀ ਦੇ ਦਾਂਗੇ ਜੇ ਤੁਹਾਨੂੰ ਦੂਰ ਪੈਂਦਾ ਵਾ। ਇੱਕ ਤਾਂ ਉਹ ਸਰ ਜੇ ਪ੍ਰਬੰਧ ਹੋ ਸਕਦਾ ਉਹ ਕਰਿਆ ਜਾਵੇ। ਦੂਸਰਾ ਹੈਗਾ ਨਸ਼ਿਆਂ ਬਾਰੇ, ਜੇ ਕੋਈ ਪਿੰਡ ਦੇ ਵਿੱਚ ਨਸ਼ਾ ਵੇਚਦਾ ਜਾਂ ਕੋਈ ਬਾਹਰੋਂ ਆ ਕੇ ਨਸ਼ਾ ਵੇਚਦਾ ਉਹਦੀ ਤੁਸੀਂ ਤੁਰੰਤ ਜਿਹੜੀ ਸੂਚਨਾ ਉਹ ਪੁਲਿਸ ਮਹਿਕਮੇ ਨੂੰ ਜਾਂ ਹੋਰ ਜਿਹੜੇ ਪੂਰੇ ਪ੍ਰਸ਼ਾਸਨਿਕ ਬੰਦੇ ਨੇ ਉਹਨਾਂ ਨੂੰ ਦੇਣੀ ਆ, ਤਾਂ ਕਿ ਆਪਾਂ ਨਸ਼ਿਆਂ ਦਾ ਖਾਤਮਾ ਕਰ ਸਕੀਏ। ਉਸ ਤੋਂ ਬਾਅਦ ਹੁਣ ਇੱਕ ਇੱਕ ਬੰਦੇ ਨੇ ਅਸੀਂ ਪਾਣੀ ਦਾ ਨਿਕਾਸ ਹੈ ਸੀ, ਉਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ, ਜਿੱਥੇ ਮਰਜ਼ੀ ਨੂੰ ਤੁਸੀਂ ਪੈਪ ਵਗੈਰਾ ਜਦੋਂ ਹੁਣ ਉਹ ਕਰਨਗੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਮੇਰਾ ਖਿਆਲ ਪਹਿਲਾਂ ਵੀ ਆਈ ਸੀ ਨਾ ਅੱਛਾ ਜਿਹੜਾ ਛੱਪੜ ਦਾ ਕਹਿੰਦੇ ਤੁਸੀਂ ਪਿੱਛੇ ਜੀ ਆਇਆ ਸੀ ਛੱਪੜਾਂ ਸਾਰਿਆਂ ਤੇ ਪੰਜਾਬ ਦੇ ਸਾਰੇ ਛੱਪੜ ਜਿਹੜੇ ਹੈ ਸੀਗੇ
ਉਹਨਾਂ ਦੀ ਗੱਲ ਆਈਆਂ ਸੀਗਾ ਵੀ ਅੰਦਰ ਸਲੋਕ ਕਰਨ ਵਾਸਤੇ ਉਦੋਂ ਨਹੀਂ ਆਪਣਾ ਇਹਦੇ 'ਚ ਪਿਆ ਦੋਨੇ ਚੱਪਣਾਂ ਦਾ ਮਾੜਾ ਮੋਟਾ ਰੂੜੀਆਂ ਰਾੜੀਆਂ ਲਾ ਕੇ ਜਾਂ ਡੰਗਰ ਡੁੰਗਰ ਮਾੜੀਆਂ ਮਾੜੀਆਂ ਪਈਆਂ ਰਹਿਣੀਆਂ ਨਾਲ ਦੀ ਨਾਲ ਚਲੋ ਰੋਡ ਤਾਂ ਕੱਢਣੀ ਪੈਣੀ ਆ ਆਪਣੇ ਨੂੰ ਕੋਈ ਛੋਟੀ ਕਿਹੜੀ ਸਾਈਡ ਨੂੰ ਮਿਲਦੀ ਹੈ ਦੋ ਡੰਡਾ ਤਾਂ ਮੁਸ਼ਕਲ ਹੈ ਉਹ ਕਰਨਾ ਚਲੋ ਕੋਈ ਨੀ ਜਿਹੜੇ ਫੜਾ ਚੁੱਕੇ ਮਾੜੇ ਉਹ ਪਿੱਛੇ ਹੋ ਜਾਓ ਹੋ ਗਿਆ ਮੇਰਾ 3D ਪਿੰਡਾਂ ਦੇ ਵਿੱਚ
ਬਹੁਤ ਬੁਰਾ ਹਾਲ ਹੋਇਆ ਪੈ ਜੀ ਸੀਵਰੇਜ ਦਾ ਤੇ ਪਾਣੀ ਦੇ ਨਿਕਾਸ ਦਾ। ਸੈਕਟਰੀ ਰਾਹੀਂ ਪਿੰਡ ਦੀਆਂ ਜਿੰਨੀਆਂ ਪ੍ਰੋਬਲਮਾਂ ਨੇ ਤੁਹਾਡੇ ਧਿਆਨ ਚ ਲਿਆ ਦਿੱਤੀਆਂ, ਇਹ ਤੇ ਗੌਰ ਫਰਮਾਇਆ ਜਾਵੇ। ਜਵਾਨਾਂ ਕਿਤੇ ਉੱਤੇ ਡਿੱਗਦਾ, ਮੇਰੇ ਉੱਤੇ ਜਵਾਨਾਂ ਡਿੱਗਦਾ, ਮੈਂ ਕਿਹੜਾ ਡਿੱਗਦਾ? ਸਾਰੇ ਪਿੰਡ ਹੋ ਗਏ।